ਹਲਕਾ ਖੇਮ ਕਰਨ ਦੇ ਅਧੀਨ ਪੈਂਦੇ ਪਿੰਡ ਕਰਿਆਣਾ ਦੀ ਹੈ, ਜਿੱਥੇ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਿਸਾਨਾਂ ਦੀ ਲਗਭਗ 55 ਤੋਂ 60 ਏਕੜ ਬਾਸਮਤੀ ਦੀ ਫਸਲ ਖਰਾਬ ਹੋ ਗਈ। ਇਸ ਦੇ ਨਾਲ ਹੀ ਪਾਣੀ ਕਾਰਨ ਪਿੰਡ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ ਪਿੰਡ ਵਾਸੀਆਂ ਤੋਂ। ਭਾਈ ਤੁਹਾਡੇ? ਮੇਰਾ ਨਾਮ ਕਾਰ ਸਿੰਘ। ਕੀ ਕਾਰਨ ਹੈ ਜਿਹੜਾ ਇਹਨਾਂ ਫਸਲਾਂ ਦੇ ਵਿੱਚ ਪਾਣੀ ਖਲੋਤਾ ਹੈ? ਇਹ ਪਾਣੀ ਦਾ ਨਿਕਾਸ ਹੈਗਾ, ਪਿੱਛੋਂ ਦੁੱਬੜੀ ਤੋਂ ਲੈ ਕੇ ਧਗਾਣੇ ਤੋਂ ਲੈ ਕੇ ਸਾਰਾ ਪਾਣੀ ਜਿਹੜਾ ਹੈ ਇੱਥੇ ਆ ਕੇ ਨਿਕਲਦਾ ਹੈ। ਇਸ ਕਰਕੇ ਅਗਲੇ ਪਾਸੇ ਜਿਹੜਾ ਹੈ ਉਹ ਬੜੇ ਚਿਰ ਦਾ ਇੱਥੇ ਇੱਕ ਨਿੱਕਾ ਜਿਹਾ ਪੋਰਾ ਪਾਇਆ, ਉਹ ਪੋਰੇ ਥਾਣੀ ਪੂਰਾ ਪਾਣੀ ਜਾਂਦਾ ਨੀਗਾ। ਅਗਲੇ ਪਾਸੇ ਮਾਣ ਪਿੰਡ ਆ, ਉਹਨਾਂ ਅਗਲੇ ਪਾਸਿਓਂ ਬੰਦਾ ਹੈ। ਇਸ ਕਰਕੇ ਜਿਹੜਾ 200-300 ਕਿੱਲਾ ਜਿਹੜੀ ਆ ਫਸਲ ਆ ਉਹ ਮਾਰੀ ਗਈ ਆ। ਅਗਰ ਇਸ ਤਰੀਕੇ ਨਾਲ ਪਾਣੀ ਨਿਕਲਦਾ ਰਿਹਾ ਤਾਂ ਮੇਰੇ ਖਿਆਲ ਅੰਦਰ 15 ਦਿਨ ਤੱਕ ਵੀ ਪਾਣੀ ਨਹੀਂ ਨਿਕਲ ਸਕਦਾ। ਪਾਣੀ ਨਾਲ ਹੀ ਸੜਕ ਟੁੱਟਦੀ ਆ, ਅਤੇ ਅਜੇ ਹੁਣ ਸੜਕ ਬਣੀ ਹੈ ਵੀ ਟੁੱਟ ਜਾਣੀ ਆ। ਕੋਈ ਪ੍ਰਸ਼ਾਸਨ ਅਧਿਕਾਰੀ ਆਇਆ? ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਆ। ਮੇਰਾ ਨਾਮ ਬਲਵਿੰਦਰ ਸਿੰਘ। ਕਿੰਨੀ ਫਸਲ ਹੈ ਜਿਹਦੇ ਵਿੱਚ ਪਾਣੀ ਖੜਾ? ਇਹ 8 ਕਿੱਲੇ ਪੈਲੀ ਆਪਣੇ ਕੋਲ, ਜਿਹੜੀ ਬਿਲਕੁਲ ਡੁੱਬ ਚੁੱਕੀ ਆ। ਇਹਦਾ ਕੋਈ ਨਿਕਾਸ ਨਹੀਂ ਗਾ, ਸਾਡੀ ਹਵੇਲੀ ਦੇ ਵਿੱਚ ਵੀ ਪਾਣੀ ਵੜ ਗਿਆ ਵਾ, ਪੱਠੇ ਵੀ ਸਾਡੇ ਖਰਾਬ ਹੋ ਗਏ ਆ। ਇਹ ਦੋਹਰੀ ਵਾਰ ਅਸੀਂ ਬਾਸਪਤੀ ਅਟਾਰੀ ਤੋਂ ਲਿਆ ਕੇ ਲਾਈ ਆ, ਕੋਈ ਦਫਾ ਹੋ ਗਈ, ਸਾਰੀ ਬਰਬਾਦ ਹੋ ਗਈ ਆ। ਬਿਲਕੁਲ ਕੋਈ ਹੱਲ ਨਹੀਂ ਹੈਗਾ, ਸਾਡੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਿਆ। ਕਿੰਨੀ ਫਸਲ ਹੈ ਟੋਟਲ ਜਿਹੜੀ ਇਹ ਖਰਾਬ ਹੋਈ ਹੈ? 8 ਕਿੱਲੇ ਸਾਡੀ ਹੈ, 50-60 ਕਿੱਲੇ ਪਿੱਛੋਂ ਲਾ ਕੇ ਹੈਗੀ ਆ। ਕੀ ਮੰਗ ਕਰਦੇ ਤੇ? ਅਸੀਂ ਮੰਗ ਕਰਦੇ ਜੋ ਪ੍ਰਸ਼ਾਸਨ ਸਾਡੇ ਨਾਲ ਪਾਣੀ ਦਾ ਕਰਲੇ ਮੁਕਤਾਸ ਕਰਦੇ ਤੇ ਅਸੀਂ ਠੀਕ ਠਾਕ ਆ। ਸਾਨੂੰ ਜੇ ਇਹਦਾ ਮੁਆਵਜ਼ਾ ਵੀ ਚਾਹੀਦਾ ਵਾ, ਸਾਡੇ ਘਰਾਂ 'ਚ ਪਾਣੀ ਵੜ ਗਿਆ ਵਾ, ਘਰਾਂ ਦੇ ਵਿੱਚ ਦੇਖ ਲਓ ਜਾ ਕੇ ਪਾਣੀ ਵੜਿਆ ਖੜਾ। ਕੀ ਨਾ ਭਾਈ ਤੁਹਾਡਾ? ਕਿੰਨੀ ਫਸਲ ਆ ਜਿਹੜੀ ਇਹ ਖਰਾਬ ਹੋ ਗਈ? ਫਸਲ ਤਕਰੀਬਨ 50-55 ਕਿੱਲੇ ਇੱਧਰ ਆ, ਤੇਲ ਦੀ ਤਕਰੀਬਨ ਟੋਟਲ ਫਸਲ 100-150 ਕਿੱਲੇ ਦੇ ਤਕਰੀਬਨ ਖਰਾਬ ਹੋ ਗਈ। ਇੱਕ ਕਾਰਨ ਕੀ ਹੈ ਜਿਹੜਾ ਇੰਨਾ ਪਾਣੀ ਹੈ ਫਸਲਾਂ? ਕਾਰਨ ਪਾਣੀ ਦਾ ਨਿਕਾਸ ਨਹੀਂ ਕੋਈ ਵੀ, ਦੁਬਲੀ ਵਾਲਾ ਸੂਏ ਤੋਂ ਸ਼ਹੀਦਾਣੇ ਤੋਂ ਲੈ ਕੇ ਸਾਰਾ ਜਿਹੜਾ ਪਾਣੀ ਏਰੀਏ ਦਾ ਸਾਰਾ ਇੱਥੇ ਇਕੱਠਾ ਹੁੰਦਾ। ਅੱਗੋਂ ਨਿਕਾਸ ਨਹੀਂ ਗਾ ਕੋਈ ਵੀ, ਰੇਲਵੇ ਵਾਲੇ ਅੱਗੋਂ ਪਾਣੀ ਦਾ ਨਿਕਾਸ ਤੋਂ ਡੱਕਦੇ ਆ। ਪ੍ਰਸ਼ਾਸਨ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ, ਕੋਈ ਕਿਸੇ ਨੇ ਸਾਰ ਨਹੀਂ ਲਈ। ਇੱਥੇ ਆ ਕੁਝ 5-4 ਘਰ ਨੇ ਜਿਹਨਾਂ ਦੁਬਾਰਾ ਜਿਹੜਾ ਹੈ ਪਨੀਰੀ ਮੁੱਲ ਲੈ ਕੇ ਦੁਬਾਰਾ ਜਿਹੜਾ ਲਵਾਈ ਕਰਵਾਈ ਆ, ਫਿਰ ਦੁਬਾਰਾ ਮਰ ਗਈ ਆ। ਪੱਟੀ ਤੋਂ ਕਪਿਲ ਗਿੱਲ ਦੀ ਰਿਪੋਰਟ।